ਬਾਦਲਾਂ ਤੋਂ ਵੱਖ ਹੋਏ ਢਿੰਡਸਾ ਪਿਓ ਪੁੱਤ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਗੁਰਦੁਆਰਾ ਮਸਤੂਆਣਾ ਸਾਹਿਬ ਦੇ ਟਰੱਸਟ ਨੂੰ ਢਿੰਡਸਾ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਅੰਦੋਲਨ ਵਿੱਢਿਆ ਜਾ ਰਿਹਾ ਹੈ, ਜਿਸ ਦੀ ਅਗਵਾਈ ਪਰਸ਼ੋਤਮ ਸਿੰਘ ਫੱਗੂ ਵਾਲਾ ਕਰ ਰਹੇ ਨੇ। ਸੰਗਰੂਰ 'ਚ ਸਿੱਖ ਆਗੂਆਂ ਨੇ ਇਕੱਠੇ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸ਼੍ਰੋਮਣੀ ਕਮੇਟੀ 'ਤੇ ਦੋਗਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਗਾਏ ਨੇ। ਸਿੱਖ ਆਗੂਆਂ ਨੇ ਮੰਗ ਕੀਤੀ ਹੈ ਕਿ ਢਿੰਡਸਾ ਪਰਿਵਾਰ ਦਾ ਇਸ ਟਰੱਸਟ 'ਤੇ ਕਰੀਬ 40 ਸਾਲ ਤੋਂ ਕਬਜ਼ਾ ਹੈ, ਲਿਹਾਜ਼ਾ ਟਰੱਸਟ ਨੂੰ ਆਜ਼ਾਦ ਕਰਵਾਇਆ ਜਾਵੇ। ਸੰਤ ਬਾਬਾ ਅਤਰ ਸਿੰਘ ਜੀ ਇੱਕ ਮਹਾਨ ਸ਼ਖਸੀਅਤ ਹੋਏ ਨੇ ਮਾਲਵੇ ਦੀ ਧਰਤੀ ਦੇ ਉੱਤੇ, ਅਤੇ ਇੱਕ ਮਾਲਵੇ ਦੀ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਇੱਕ ਬਹੁਤ ਵੱਡੀ ਪੰਥ ਨੂੰ ਦੇਣ ਦਿੱਤੀ, ਲੱਖਾਂ ਹੀ ਲੋਕਾਂ ਨੂੰ ਅੰਮ੍ਰਿਤ ਛਕਾਇਆ। ਪਰ ਉਹਨਾਂ ਦੇ ਗੁਰੂ ਪਿਆਨੇ ਤੋਂ ਜਾਣ ਤੋਂ ਬਾਅਦ, ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ, ਉਹਨਾਂ ਦੇ ਥਾਂ ਨੂੰ ਕੁਛ ਲੋਕਾਂ ਨੇ ਹਾਈਜੈਕ ਕਰ ਲਿਆ, ਜਿਹਦੇ ਵਿੱਚ ਪ੍ਰਮੁੱਖ ਤੌਰ 'ਤੇ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ 40 ਸਾਲ ਤੋਂ ਉੱਥੇ ਕਾਬਜ਼ ਨੇ। ਉੱਥੋਂ ਦੀ ਗੋਲਕ ਦਾ ਮੈਂ ਗੁਰਦੁਆਰਾ ਸਾਹਿਬ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਥਾਨ 'ਤੇ ਉੱਤੇ ਖੜ੍ਹਾ, ਅਤੇ ਉੱਥੋਂ ਦੀ ਗੋਲਕ ਦਾ ਕੋਈ ਹਿਸਾਬ ਕਿਤਾਬ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਦਾ ਸੁਪਨਾ ਸੀ ਫਰੀ ਐਜੂਕੇਸ਼ਨ, ਸੰਤ ਬਾਬਾ ਅਤਰ ਸਿੰਘ ਜੀ ਦਾ ਸੁਪਨਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਲੇਕਿਨ ਅੱਜ ਉੱਥੇ ਇੱਕ ਰਜਵਾੜਾ ਹੈ ਜਿਹੜਾ ਸਰਦਾਰ ਸੁਖਦੇਵ ਸਿੰਘ ਢਿੰਡਸਾ ਨਰੈਣੂ ਮਹੰਤ ਦਾ ਰੂਪ ਧਾਰ ਕੇ ਉਹ ਕਾਬਜ਼ ਹੋ ਚੁੱਕਿਆ। ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 11 ਸਾਲ ਪਹਿਲਾਂ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ, ਜਿਸ 'ਚ ਮਸਤੂਆਣਾ ਸਾਹਿਬ 'ਚ ਬਣੀ ਦਰਬਾਰ ਸਾਹਿਬ ਦੀ ਨਕਲ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਭਾਈ ਸਾਹਿਬ ਗੋਬਿੰਦ ਸਿੰਘ ਜੀ ਲੌਂਗੋਵਾਲ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦਾ ਫਰਜ਼ ਪਛਾਣੇ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਜਿਹੜਾ 20/6/2009 ਨੂੰ, ਉਹਦੇ ਵਿੱਚ ਬਕਾਇਦਾ ਤੌਰ 'ਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਹੋਈ ਹੈ ਮੇਰੇ ਆਉਣ ਦਾ ਇੱਥੇ ਇਹਨਾਂ ਦੇ ਕੋਲ ਆਉਣ ਦਾ ਕਾਰਨ ਇੱਕ ਹੈ, ਕੋਈ ਇੱਥੇ ਪੋਲੀਟੀਕਲ ਨਹੀਂ ਹੈਗੀ ਗੱਲ, ਇਹ ਇਹਨਾਂ ਨੂੰ ਹਦਾਇਤ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚਾਹੇ ਮੱਕੜ ਸਾਹਿਬ ਸੀ, ਚਾਹੇ ਭਾਈ ਗੋਬਿੰਦ ਲੌਂਗੋਵਾਲ ਜੀ ਨੇ, ਚਾਹੇ ਕੱਲ੍ਹ ਨੂੰ ਕੋਈ ਹੋਰ ਹੈ, ਉਹਨਾਂ ਨੂੰ ਲਾਸਟ ਲਾਈਨ ਹੈ ਉਹਦੇ ਵਿੱਚ ਹੁਕਮਨਾਮੇ ਦੀ ਲਾਈਨ ਹੈ ਜਿਹੜੀ, ਉਹ 'ਚ ਲਿਖਿਆ ਗਿਆ ਵੀ ਇਹ ਸਾਰੇ ਤਬਦੀਲੀਆਂ ਕਰਨ ਦੇ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਈ ਜਾਂਦੀ ਹੈ। ਲੇਕਿਨ ਉਸ ਨਰੈਣੂ ਮਹੰਤ ਦਾ ਰਾਜਨੀਤਿਕ ਕੱਦ ਹੈ ਜਿਹੜਾ ਐਡਾ ਵੱਡਾ, ਉਹਨੇ ਇਹਨਾਂ ਨੂੰ ਕਿਸੇ ਚੀਜ਼ ਨੂੰ ਵੀ ਪੂਰ ਨਹੀਂ ਹੋਣ ਦਿੱਤਾ, ਅੱਜ ਤੱਕ ਸ਼੍ਰੋਮਣੀ ਕਮੇਟੀ ਦੇ ਉੱਤੇ ਪੂਰਾ ਗਲਬਾ ਪਾ ਕੇ ਹੁਕਮਨਾਮਾ ਨਹੀਂ ਲਾਗੂ ਹੋਣ ਦਿੱਤਾ। ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬ 'ਤੇ ਕਬਜ਼ਾ, ਨਿੱਜੀ ਕਬਜ਼ਾ, ਨਿੱਜੀ ਕਬਜ਼ੇ ਤੋਂ ਬਾਅਦ ਉਦੋਂ ਉਪਰੰਤ ਵੱਡੀ ਗੱਲ ਇਹ ਵੀ ਮੈਂ ਅਕਾਲ ਤਖ਼ਤ ਦਾ ਹੁਕਮ ਵੀ ਮੈਂ ਲਾਗੂ ਨਹੀਂ ਹੋਣ ਦਿੰਦਾ। 100% ਮੈਂ ਕਹਿ ਸਕਦਾ, ਦਾਅਵੇ ਨਾਲ ਕਹਿ ਸਕਦਾ, ਮੈਂ ਤੱਥ ਵੀ ਪੇਸ਼ ਕਰ ਦਿਆਂਗਾ ਜਿੱਥੇ ਓਪਨ ਡਿਬੇਟ ਰੱਖੀ ਜਾਵੇ। ਕਿ ਜਾਂਚ ਹੋਵੇ ਤਾਂ ਕਈ ਆਰਥਿਕ ਕਮੀਆਂ ਵੀ ਸਾਹਮਣੇ ਆ ਸਕਦੀਆਂ ਨੇ, ਘੁਟਾਲੇ ਵੀ ਸਾਹਮਣੇ ਆ ਸਕਦੇ ਨੇ। ਘੁਟਾਲੇ ਦੀ ਉੱਥੇ ਕੋਈ ਹਿਸਾਬ ਕਿਤਾਬ ਨਹੀਂ, 1 ਕਰੋੜ ਰੁਪਏ ਦੀ ਗੋਲਕ ਹੈ। ਮੈਂ ਅੱਜ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਸਾਹਮਣੇ ਖੜ੍ਹੇ ਸੁਣ ਰਹੇ ਨੇ, ਬੜੇ ਸਤਿਕਾਰਯੋਗ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਵੀ ਬਣਦਾ ਸਤਿਕਾਰਯੋਗ ਹੁੰਦਾ, ਸਿੱਖਾਂ ਦੀ ਨੁਮਾਇੰਦਾ ਜਥੇ ਬੰਦੀ ਹੈ, ਸਿੱਖਾਂ ਦੀ ਪਾਰਲੀਮੈਂਟ ਹੈ। ਉੱਥੇ 60,000 ਰੁਪਏ ਦਾ ਤਾਂ ਕੜਾ ਵੇਚਿਆ ਜਾਂਦਾ ਸੜਕ 'ਤੇ, ਪ੍ਰਸ਼ਾਦ ਤਾਂ ਮੈਨੂੰ ਕਹਿੰਦੇ ਹੀ ਨਹੀਂ, ਕਿਉਂਕਿ ਮਹਾਰਾਜ ਦੇ ਤਾਬੇ ਤਾਂ ਉਹ ਜਾਂਦੇ ਹੀ ਨਹੀਂ। ਉਹ ਤਾਂ ਸੜਕ ਦੇ ਉੱਤੇ 500 ਰੁਪਏ ਦੀ ਪ੍ਰਸ਼ਾਦ ਲਓ ਅਤੇ ਬੱਸ 'ਚ ਬਹਿ ਜਾਓ, ਜੁੱਤੀਆਂ ਸਮੇਤ ਜਾਓ, ਨੰਗੇ ਸਿਰ ਲਓ ਲਓ ਅਤੇ ਬੱਸ 'ਚ ਬਹਿ ਜਾਓ, ਕੌਣ ਸੰਭਾਲੂਗਾ ਉਹਨੂੰ? ਕਿਰਪਾਨ ਪੇਟ ਨਹੀਂ ਹੁੰਦੀ। ਥੋੜ੍ਹਾ ਸਿੱਧੇ ਤੌਰ 'ਤੇ ਦੋਸ਼ ਹੈ ਕਿ ਢਿੰਡਸਾ ਜਿਹੜੀ ਮਸਤੂਆਣਾ ਸਾਹਿਬ ਦੀ ਗੋਲਕ ਖਾਂਦਾ ਨਹੀਂ, ਇਹਦੇ ਸ਼ੱਕ ਵੀ ਕੀ ਹੈ, ਇਹਦੇ ਵਿੱਚ ਸ਼ੱਕ ਵੀ ਕੀ ਹੈ? ਦੱਸਣ ਢਿੰਡਸਾ ਸਾਹਿਬ ਜਨਤਕ ਲੋਕਾਂ ਦੀ ਕਚਹਿਰੀ 'ਚ ਵੀ ਪੈਸੇ ਕਿੱਥੇ ਖਰਚ ਆਉਂਦੇ ਨੇ? ਵਿਦਿਅਕ ਅਦਾਰਿਆਂ ਤੋਂ ਕਿੰਨੀ ਆਮਦਨ ਹੈ, ਗੋਲਕ ਤੋਂ ਕਿੰਨੀ ਆਮਦਨ ਹੈ, ਇਹ ਦੱਸਣ ਪ੍ਰਧਾਨ ਸਾਹਿਬ ਨੂੰ ਵੀ ਬਿਠਾਉਣ, ਹੋਰ ਧਾਰਮਿਕ ਨੁਮਾਇੰਦਿਆਂ ਨੂੰ ਵੀ ਬਿਠਾਉਣ। ਸਭ ਤੋਂ ਪਹਿਲਾਂ ਮੇਰਾ ਵਿਰੋਧ ਹੈ ਜਿਹੜਾ ਦਰਬਾਰ ਸਾਹਿਬ ਦੀ ਕਾਪੀ ਦਾ, ਸਿੱਖਾਂ ਲਈ ਵੱਡਾ ਚੈਲੰਜ ਹੈ। ਦੂਜਾ ਹੈਗਾ ਸਿੱਖ ਜਿਹੜੀ ਪ੍ਰੋਪਰਟੀ ਹੈ ਉਹਦੀ ਮਿਸਯੂਟੀਲਾਈਜੇਸ਼ਨ, ਉਹਦੀ ਦੁਰਵਰਤੋਂ, 400 ਏਕੜ ਪ੍ਰੋਪਰਟੀ ਹੋਵੇ ਸਿੱਖਾਂ ਦੀ ਝੋਲੀ ਕੀ ਪੈਂਦਾ? ਮੈਂ ਤਾਂ ਜੀ ਮੈਂ 2009 ਦੇ ਵਿੱਚ ਇੱਕ ਲੀਫਲੈਟ ਵੰਡਿਆ ਸੀ, ਅੱਜ ਮੇਰੇ ਤੋਂ ਵਿਸਰ ਗਿਆ, ਮੈਂ ਲੈ ਕੇ ਨਹੀਂ ਆ ਸਕਿਆ। 2009 ਦੇ ਵਿੱਚ ਢਿੰਡਸਾ ਸਾਹਿਬ ਦੀ ਸਟੇਟ ਦੇ ਉੱਤੇ ਵੰਡਿਆ ਸੀ, ਉੱਥੇ ਬਕਾਇਦਾ ਤਕਰਾਰ ਵੀ ਹੋਇਆ ਸੀ ਵੀ ਨਰੈਣੂ ਮਹੰਤ ਗੁਰਦੁਆਰਾ ਛੱਡੇ 2009 'ਚ, ਪਰਮਿੰਦਰ ਢਿੰਡਸਾ ਜੀ ਟਰੱਸਟੀ ਲਾਤੇ, ਉਹਨਾਂ ਦਾ ਕੀ ਕੁਆਲੀਫਿਕੇਸ਼ਨ ਹੈ? ਜਿਹੜੇ ਉੱਥੇ ਹੋਰ ਬੈਠੇ ਨੇ, ਮੈਂ ਪੁੱਛਣਾ ਚਾਹੁੰਦਾ, ਸੰਤ ਬਾਬਾ ਅਤਰ ਸਿੰਘ ਜੀ ਨੇ ਤਾਂ ਕਿਹਾ ਸੀ ਕਲੀਅਰ ਵੀ ਜਿੰਨੇ ਉੱਥੇ ਮੈਂਬਰ ਹੋਣਗੇ ਟਰੱਸਟ ਦੇ ਉਹ ਅੰਮ੍ਰਿਤਧਾਰੀ ਹੋਣਗੇ, ਗੈਰ ਅੰਮ੍ਰਿਤਧਾਰੀਆਂ ਲਈ ਵੱਖਰੀ ਥਾਂ ਹੈ।
ਜਿਹੜੇ ਹਿੰਦੂ ਕਮਿਊਨਿਟੀ ਦੇ ਹੋਰ ਲੋਕਾਂ ਦੇ ਲਈ ਵੱਖਰੀ ਥਾਂ ਹੈ ਹੋਰ ਕਮਿਊਨਿਟੀਆਂ ਦੇ ਲੋਕਾਂ ਦੇ ਲਈ, ਲੇਕਿਨ ਟਰੱਸਟੀ ਹੋਣਗੇ ਜਿਹੜੇ ਉਹ ਬਕਾਇਦਾ ਤੌਰ ਦੇ ਉੱਤੇ ਅੰਮ੍ਰਿਤਧਾਰੀ ਹੋਣਗੇ। ਇੱਕ ਵੀ ਅੰਮ੍ਰਿਤਧਾਰੀ ਨਹੀਂ ਹੈਗਾ, ਮੈਂ ਕੜਾ ਕੇ ਕਹਿ ਦਿੰਦਾ, ਇੱਥੋਂ ਤੱਕ ਕਿ ਜਸਵੰਤ ਸਿੰਘ ਖਹਿਰਾ ਗੁਰਦੁਆਰਾ ਬਕਾਇਦਾ ਤੌਰ 'ਤੇ ਗੌਰਮੈਂਟ ਸਰਵਿਸ ਰੂਲਜ਼ ਨੇ, ਤੁਸੀਂ ਸਾਰੇ ਸਮਝਦੇ ਹੋ, ਉਹ ਬਿਜਲੀ ਬੋਰਡ ਦਾ SDO ਹੈ, ਅਕਾਲ ਕਾਲਜ ਕੌਂਸਲ ਦਾ, ਪਰਮਿੰਦਰ ਜੀ ਦਾ ਮਾਮਾ ਖਹਿਰਾ ਸਾਹਿਬ ਜਸਵੰਤ ਸਿੰਘ ਜੀ ਖਹਿਰਾ ਉਹ ਉੱਥੇ ਸਕੱਤਰ ਨੇ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਸਲੇ 'ਤੇ ਜਲਦ ਹੀ ਵਿਚਾਰ ਕੀਤਾ ਜਾਵੇਗਾ। ਅੱਜ ਸਰਦਾਰ ਪਰਸ਼ੋਤਮ ਸਿੰਘ ਜੀ ਫੱਗੂਵਾਲਾ ਆਪਣੇ ਹੋਰ ਨਾਲ ਸਿੰਘਾਂ ਦੇ ਨਾਲ ਸਾਥੀਆਂ ਦੇ ਨਾਲ ਅੱਜ ਇੱਥੇ ਆਏ ਨੇ, ਕਿ ਮੈਨੂੰ ਉਹਨਾਂ ਨੇ ਮੰਗ ਪੱਤਰ ਜਿਹੜਾ ਹੈ ਉਹ ਦਿੱਤਾ, ਔਰ ਜਿਹਦੇ ਵਿੱਚ ਇੱਕ ਤਾਂ ਇਹ ਹੈ ਕਿ ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਬੜੇ ਲੰਮੇ ਸਮੇਂ ਤੋਂ ਔਰ ਜਿਹੜਾ ਇਸ ਟਰੱਸਟ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਇਸ ਮੰਗ ਪੱਤਰ ਦੇ ਵਿੱਚ, ਤਾਂ ਇੱਕ ਉਹ ਗੱਲ ਹੈਗੀ ਕਿ ਔਰ ਉਹਨਾਂ ਤੋਂ ਇਹ ਜਿਹੜਾ ਟਰੱਸਟ ਹੈਗਾ ਕਿਉਂਕਿ ਇਹ ਸਿਧਾਂਤਹੀਣ ਹੋ ਚੁੱਕਿਆ, ਇਸ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਕੋਈ ਸਿਧਾਂਤ ਹੀ ਨਹੀਂ ਰਿਹਾ, ਜਿਹੜਾ ਸਿਧਾਂਤ ਸੀ ਸੰਤ ਬਾਬਾ ਆਤਰ ਸਿੰਘ ਜੀ ਵੇਲੇ ਔਰ ਇਹ ਜਿਵੇਂ ਟਰੱਸਟ ਜਦੋਂ ਬਣਿਆ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਵੀ ਇਹ ਟਰੱਸਟ ਦਾ ਸਿਧਾਂਤ ਹੀ ਹੁਣ ਚੁੱਕਿਆ, ਸਿਧਾਂਤ ਨਹੀਂ ਇਹਨਾਂ ਦਾ ਕੋਈ ਰਿਹਾ ਟਰੱਸਟ ਦਾ। ਦੂਸਰਾ ਇਹਨਾਂ ਨੇ ਕਿਹਾ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਉੱਥੇ ਔਰ ਭਾਈਵਾਦ ਚੱਲ ਰਿਹਾ ਹੈਗਾ, ਭਤੀਜਾਵਾਦ ਚੱਲ ਰਿਹਾ ਹੈਗਾ, ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਹੈ ਉੱਥੋਂ ਦਾ ਟਰੱਸਟੀ ਬਣਾਇਆ, ਆਪਣੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਹੁਣ ਅਗਲੀ ਜਿਹੜੀ ਉਹ ਸੌਂਪਤੀ ਉਹਨਾਂ ਨੇ, ਪਰਿਵਾਰਵਾਦ ਜਿਹੜਾ ਹੈ ਉਹਨਾਂ ਨੇ ਭਾਰੂ ਹੈਗਾ ਉੱਥੇ ਭਾਰੂ ਹੋ ਗਿਆ। ਇੱਕ ਤਾਂ ਇਹ ਕਿਹਾ ਕਿ ਇਸ ਤੋਂ ਜਿਹੜਾ ਟਰੱਸਟ ਤੋਂ ਸਾਰੇ ਲੋਕਾਂ ਦੀ ਮੰਗ ਹੈ ਇਲਾਕੇ ਦੀ ਵੀ ਇਹ ਟਰੱਸਟ ਨੂੰ ਇੱਕ ਤਾਂ ਸਿਧਾਂਤ ਦੇ ਵਿੱਚ ਜੇ ਲਿਆਉਂਦਾ ਜਾਵੇ, ਜੋ ਸਿਧਾਂਤਹੀਣ ਹੋ ਗਿਆ, ਅੰਮ੍ਰਿਤਧਾਰੀ ਉੱਥੇ ਟਰੱਸਟੀ ਹੋਣ, ਉਹਦੀ ਬਕਾਇਦਾ ਚੋਣ ਹੋਵੇ, ਲੋਕਾਂ ਨੂੰ ਪਤਾ ਹੋਵੇ ਔਰ ਉੱਥੇ ਦੇ ਮੈਂਬਰ ਬਣਨ, ਉਹ ਸਾਰੀਆਂ ਗੱਲਾਂ ਇਹਦੇ ਵਿੱਚ ਕੀਤੀਆਂ ਨੇ। ਦੂਸਰਾ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ ਜੋ ਹੁਕਮਨਾਮੇ ਦੀ, ਔਰ ਉਹ ਵੀ ਅਸੀਂ ਦੇਖ ਲਿਆ, ਕੁਛ ਤਾਂ ਤਬਦੀਲੀਆਂ ਹੋਈਆਂ ਨੇ ਔਰ ਜੋ ਵੀ ਕੋਈ ਅੱਗੇ ਹੋਊਗੀ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆਪਣੇ ਮੈਂਬਰਾਂ ਦੀ ਡਿਊਟੀ ਲਾਵਾਂਗੇ, ਜਿਹੜਾ ਕੋਈ ਹੋਰ ਹੋਣ ਵਾਲਾ ਹੈ ਉਹਦੇ ਵਿੱਚ, ਕਿਉਂਕਿ ਨਕਲ ਕੋਈ ਵੀ ਨਹੀਂ ਹੋ ਸਕਦੀ ਹਰਿਮੰਦਰ ਸਾਹਿਬ ਦੀ, ਉਹਦੇ ਵਿੱਚ ਦੋ ਵੀ ਤਬਦੀਲੀਆਂ ਹੋਣ ਵਾਲੀਆਂ ਨੇ। ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਇੱਕ ਆਪਣੇ ਮੈਂਬਰਾਂ ਦੀ ਕਮੇਟੀ ਬਣਾ ਕੇ ਦੇਖਾਂਗੇ ਕੀ ਕੁਛ ਹੋ ਗਿਆ, ਕਿੰਨਾ ਕੁ ਉੱਥੇ ਰਹਿ ਗਿਆ ਹੋਣ ਵਾਲਾ, ਉਹਦਾ ਵੀ ਕਰਾਂਗੇ। ਸੋ ਇਹ ਸਾਰੀ ਜਿਹੜੀ ਅੱਜ ਇਹ ਮੰਗ ਪੱਤਰ ਮੇਰੇ ਕੋਲ ਲੈ ਕੇ ਆਵਾਂਗੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਕੇਸ ਚੱਲ ਰਿਹਾ ਇਹਨਾਂ ਦਾ, ਉਹ ਹਾਈ ਕੋਰਟ ਦੇ ਵਿੱਚ ਕੇਸ ਹੈਗਾ, ਉਹਦਾ ਵੀ ਅਸੀਂ ਦੇਖਾਂ ਕਿਤੇ ਕਿਸ ਪੁਜੀਸ਼ਨ 'ਚ ਅੱਜ ਕੇਸ ਹੈਗਾ ਜਿਹੜਾ, ਤਾਂ ਕਿ ਉਹ ਕੇਸ ਦਾ ਵੀ ਅਸੀਂ ਉਹ ਮੈਨੂੰ ਲੱਗਦਾ ਸ਼ਾਇਦ ਬਹਿਸ 'ਤੇ ਲੱਗਿਆ ਹੋਇਆ ਕੇਸ, ਔਰ ਉਹਦਾ ਵੀ ਅਸੀਂ ਪੂਰਾ ਕਾਨੂੰਨੀ ਕਾਰਵਾਈ ਕਰਾਂਗੇ, ਤਾਂ ਕਿ ਜ਼ੋਰ ਸ਼ੋਰ ਨਾਲ ਪੂਰੇ ਜ਼ੋਰ ਨਾਲ ਅਸੀਂ ਜਿਹੜੀ ਹੈ ਇਸ ਚੋਣ ਜਿਹੜਾ ਕੇਸ ਲੜਾਂਗੇ, ਤਾਂ ਕਿ ਇਸ ਜਿਹੜਾ ਇਹ ਡਿਕਟੇਟਰਸ਼ਿਪ ਤੋਂ ਜੋ ਸਿਧਾਂਤ ਹੀ ਉਹਨੂੰ ਚੁੱਕਿਆ ਟਰੱਸਟ ਹੈ, ਇਹਨੂੰ ਨਜਾਇਜ਼ ਦਵਾਈ ਜਾ ਸਕੇ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਦੇਖੋ, ਮੈਂ ਸਮਝਦਾ ਕਿ ਜਿਹੜਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ, ਅੱਜ ਕੱਲ੍ਹ ਉਹ ਸੁਖਬੀਰ ਸਿੰਘ ਬਾਦਲ ਦੇ ਬੁਲਾਰੇ ਬਣੇ ਹੋਏ ਨੇ, ਅੱਜ ਕੱਲ੍ਹ ਜਿਹੜੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਦੇ ਹੱਥ ਠੁੱਕੇ ਬਣੇ ਹੋਏ ਨੇ, ਉਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈਗਾ, ਉਹਦੇ ਪ੍ਰਧਾਨ ਨੇ ਗੇ, ਉਹਨਾਂ ਨੂੰ ਆਪਣੀ ਪ੍ਰਧਾਨਗੀ ਦੀ ਗਰਮਾ ਕਾਇਮ ਰੱਖਣੀ ਚਾਹੀਦੀ, ਉਹਨਾਂ ਨੂੰ ਇਹ ਮੈਂ ਸਮਝਦਾ ਗਾ ਕੋਈ ਬੁਲਾਰੇ ਵਜੋਂ ਕੰਮ ਨਹੀਂ ਕਰਨਾ ਚਾਹੀਦਾ। ਜਿਹੜੇ ਅੱਜ ਕੱਲ੍ਹ ਜਿਹੜੇ ਹਰਕਤਾਂ ਦੇ ਉੱਤਰੇ ਹੋਏ ਨੇ, ਉੱਥੋਂ ਪਤਾ ਲੱਗਦਾ ਕਿ ਉਹ ਬਿਲਕੁਲ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਵਰਕਰ ਵਜੋਂ ਕੰਮ ਕਰ ਰਹੇ ਨੇ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ। ਰਹੀ ਗੱਲ ਮਸਤੋਣਾ ਸਾਹਿਬ ਦੇ ਵਿਵਾਦ ਦੀ, ਮਸਤੋਣਾ ਸਾਹਿਬ ਜਿਹੜਾ ਵਿਵਾਦ ਆਪਣਾ ਲੰਬੇ ਅਰਸੇ ਜਿਹੜਾ ਹੈਗਾ ਚੱਲਿਆ ਆ ਰਿਹਾ ਹੈਗਾ, ਮੈਂ ਸਮਝਦਾ ਇਹਦੇ ਵਿੱਚ ਸਾਡੇ ਕੌਮ ਦੇ ਜਥੇਦਾਰ ਅਕਾਲ ਤਖਤ ਨੂੰ ਜਿਹੜਾ ਹੈਗਾ ਉਹ ਇਨੀਸ਼ੀਏਟ ਲੈਣਾ ਚਾਹੀਦਾ, ਉਹਨੂੰ ਜਿਹੜਾ ਹੈਗਾ ਇਹ ਇੰਟਰਫੇਅਰ ਕਰਨਾ ਚਾਹੀਦਾ ਔਰ ਲੈ ਕੇ ਜਿਹੜਾ ਹੈਗਾ ਜਿਹੜਾ ਵੀ ਐਕਸ਼ਨ ਸਾਡੇ ਕੌਮ ਦੇ ਜਥੇਦਾਰ ਸਾਹਿਬ ਕਹਿਣਗੇ ਉਹ ਲੈਣਾ ਚਾਹੀਦਾ। ਦੇਖੋ, ਜੇਕਰ ਸ਼੍ਰੋਮਣੀ ਕਮੇਟੀ ਦਾ ਇਹ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਸਾਹਿਬ ਹੈ ਨਹੀਂ, ਮਸਤੋਣਾ ਸਾਹਿਬ ਜਿਹੜਾ ਹੈਗਾ ਉਹ ਲੋਕਲ ਟਰੱਸਟ ਬਣਿਆ ਹੋਇਆ ਹੈਗਾ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਦਖਲ ਨਹੀਂ ਹੈਗਾ, ਪਰ ਲੇਕਿਨ ਸ਼੍ਰੋਮਣੀ ਕਮੇਟੀ ਜਿਹੜੇ ਗੁਰਦੁਆਰਿਆਂ ਦੇ ਦਾਖਲਾ, ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਧਾਰੇ, ਕਿਉਂਕਿ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਹੈਗਾ ਉੱਥੇ ਦੇ ਜਿਹੜੇ ਲੋਕਲ ਮੈਨੇਜਮੈਂਟ ਹੈਗੀਆਂ ਉਹ ਬਹੁਤ ਵੱਡੇ ਵੱਡੇ ਘਪਲੇ ਕਰਦੀਆਂ ਨੇ, ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਆਪਦਾ ਜਿਹੜਾ ਹੈਗਾ ਆਪਦਾ ਬੇੜਾ ਸਾਫ਼ ਕਰਨਾ ਚਾਹੀਦਾ, ਆਪਦੇ ਪੀੜ੍ਹੀ ਥੱਲੇ ਸੁੱਟੀ ਫੇਰਨੀ ਚਾਹੀਦੀ ਹੈ। ਸੁਖਦੇਵ ਸਿੰਘ ਢੀਂਡ ਸਾਹਿਬ ਦੀ ਇੱਕ ਪਾਰਟੀ ਸੀ, ਇਹਦਾ ਮਤਲਬ ਕੀ ਆ, ਉਦੋਂ ਸਾਰੇ ਬੰਦੇ ਠੱਗੀਆਂ ਮਾਰਦੇ ਸੀਗੇ, ਅੱਜ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਸਾਰੇ ਬੰਦੇ ਤੋਂ ਲੁੱਟ ਕਰ ਰਹੇ ਸੀ ਗੁਰਦੁਆਰਾ ਸਾਹਿਬਾਨ ਦੇ। ਸੋ ਮੈਂ ਸਮਝਦਾ ਉਦੋਂ ਕਿਉਂ ਨਹੀਂ ਬੋਲੇ ਹੈਗੇ, ਇਹ ਗੋਬਿੰਦ ਸਿੰਘ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਉਨੇ ਦੋਸ਼ੀ ਨੇ ਜਿੰਨੇ ਜਿਹੜਾ ਹੈਗਾ ਦੂਜੇ ਤੇ ਦੋਸ਼ ਲਾ। ਗੁਰਦੁਆਰਾ ਮਸਤੂਆਣਾ ਸਾਹਿਬ ਨਾਲ ਜੁੜਿਆ ਵਿਵਾਦ ਕੋਈ ਨਵਾਂ ਨਹੀਂ, ਪਿਛਲੇ ਕਰੀਬ 11 ਸਾਲ ਤੋਂ ਲਗਾਤਾਰ ਪਰਸ਼ੋਤਮ ਸਿੰਘ ਫੱਗੂਵਾਲਾ
इस मसले ते अकाली दल नूं घेरदे आए ने। पर जदों हुण ढींडसा ने बादलां दे पोतड़े फरोले तां श्रोमणी कमेटी भी ढींडसियां नूं घेरन लई कुंभकर्णी नींद तों जाग उठी। हुण गल कारवाई दी करदे ने, कारवाई होणी वी चाहीदी है। पर सवाल यह है कि मसले नूं लटकाया क्यों गया, क्यों गुरद्वारे नूं सियासी अखाड़ा बना के रोटियां सेकियां गईयां ते हुण जदों बादलां नाल कलेश पिया तां ढींडसियां नूं घेरना याद आया ते याद आई श्री दरबार साहब की वह नकल जिसका विवाद अज भी ज्यों दा त्यों बनिया होया है। संगरूर तो अनिल जैन की रिपोर्ट, D5 चैनल पंजाबी। D5 चैनल पंजाबी हुणे सबसक्राइब करो।